अच्छा मेरे पाकिस्तानी अमेरिका सही माफ ਕੀਤਾ ਇਸ ਇੰਪੋਰਟਡ ਹਕੂਮਤ ਨੂੰ ਨਾ ਇਹਨਾਂ ਆਖਿਆ ਡੋਨਲਡ ਉਹ ਜਿਹੜਾ ਹੈ ਉਹ ਸਾਖਿਆ ਹੈ ਕਿ ਭਾਈ Imran Khan ਉਹਦਾ ਮਤਮਦ ਇਸ ਹਟਾਓ ਤੇ ਹਟਾਉਣ ਤੋਂ ਬਾਅਦ ਜੀ ਪਾਕਿਸਤਾਨ ਨੂੰ ਮਾਫ ਕਰ ਦਿੱਤਾ ਵੈਸੀ ਮਤਲਬ ਉਸ ਇੰਨਾਂ ਆਖਿਆ ਇਹਨਾਂ ਕਿ ਪਾਕਿਸਤਾਨ ਨੂੰ ਮਾਫ ਕਰ ਦਿੱਤਾ ਵੈਸੀ ਜਿਵੇਂ ਪਾਕਿਸਤਾਨ ਦੇ ਵਿੱਚ ਦੁੱਧ ਦੀਆਂ ਨਹਿਰਾਂ ਵਾਦ ਇਸਾਂ ਹੁਣ ਵੇਖੋ ਉਹਨਾਂ ਹਾਲ ਕੀ ਕੀਤਾ ਹੈ ਪਾਕਿਸਤਾਨ ਦਾ ਇਹਨਾਂ ਸ਼ੋਦੇ Imran Khan ਨੂੰ ਵੀ ਹਟਾਇਆ ਇਸ ਦੇ ਬਾਵਜੂਦ ਪਾਕਿਸਤਾਨ ਨੂੰ ਉਹਨਾਂ ਵੈਂਟੀਲੇਟਰ ਵੀ ਲਾ ਲੈਨ ਖਾਜਾ ਵੈਂਟੀਲੇਟਰ ਜਿਹੜਾ ਆਦਾ ਹੈ ਕਿ ਵੈਂਟੀਲੇਟਰ ਲੱਗਿਆ ਅੱਜ ਪਾਕਿਸਤਾਨ ਦੀਵਾਲੀ ਹੋਵਣ ਦੇ ਕਰੀਬ ਇਹਦਾ ਮਤਲਬ ਮੇਰਾ ਬਰਾ ਯੋਏ ਕਿ ਅਮਰੀਕਾ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਕਿਸੇ ਦੀ ਮਦਦ ਨਾਲ ਨਾ ਕਿਸੇ ਦੀ ਸਪੋਰਟ ਨਾਲ ਉਹ ਸਿਰਫ ਔਰ ਸਿਰਫ ਜ਼ਾਤੀ ਮਫਾਦਤ ਵਾਸਤੇ ਵਾਅਦੇ ਕਰ ਰਹੇ ਨੇ ਤੇ ਗੱਲਾਂ ਕਰ ਰਹੇ ਨੇ ਤੇ ਪੂਰੇ ਪਾਰੇ ਉਹ ਕੋਈ ਨਹੀਂ ਕਰ ਰਹੇ ਉਹ ਇਹੋ ਜਿਹੇ ਕਾਣੇ ਪਿੱਲੇ ਬੰਦਿਆਂ ਨੂੰ ਨੱਪ ਕੇ ਨਾ ਤੇ ਉਹ ਪਾਕਿਸਤਾਨ ਨੂੰ ਸਟੇਬਲਾਈਜ਼ ਕਰਨਾ ਚਾਹੁੰਦੇ ਨੇ ਉਹਨਾਂ ਲੱਗਾ ਹੀ ਖਾਨ ਸ਼ਾਇਦ ਪਾਕਿਸਤਾਨ ਨੂੰ ਸਟੇਬਲ ਨਾ ਕਰ ਲੈ 6% ਗਰੋਥ ਹੋ ਗਈ ਉਹਨਾਂ ਇਸ ਵਾਰ ਤਖ਼ਤ ਖਾਨ ਨੂੰ ਹਟਾਇਆ ਹੀ ਹੁਣੇ ਕੁੱਤੇ ਆਰ ਭੋਕਦੇ ਪੈਣ ਤੇ ਮੂੰਹ ਚਟੈਂਦੇ ਪੈਣ ਨਾਲ ਤੇ ਵੱਤੀ ਪਾਕਿਸਤਾਨ ਦਿਵਾਲੀਆ ਹੁੰਦਾ ਪਿਆ